ਜਲੰਧਰ ਵੈਸਟ ਵਿੱਚ ਜ਼ਿਮਨੀ ਚੋਣ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਐਡਵਾਈਜ਼ਰ ਸਰਦਾਰ ਬਲਤੇਜ ਸਿੰਘ ਪੁੰਨੂ ਦੀ ਰਿਹਾਇਸ਼ ਉੱਤੇ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਉੱਥੇ ਮੌਜੂਦ ਸੀ, ਜਿਨ੍ਹਾਂ ਦੇ ਵੱਲੋਂ ਹਰ ਇੱਕ ਨੂੰ ਲੱਡੂ ਖਵਾਏ ਗਏ ਅਤੇ ਆਪਣੀ ਖੁਸ਼ੀ ਜਤਾਈ ਗਈ। ਕੀ ਕਹਿਣਾ ਚਾਹੋਗੇ ਐਡੀ ਵੱਡੀ ਜਿੱਤ ਜਿਹੜੀ ਇੱਕ ਵਾਰੀ ਫਿਰ ਦੁਬਾਰਾ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜੀ ਦਰਜ ਕਰੀ ਹੈ? ਕਿ ਮਾਨ ਸਾਹਿਬ ਦੀ ਸਰਕਾਰ ਦੇ ਕੰਮਾਂ ਦੇ ਉੱਤੇ ਮੋਹਰ ਲਾਈ ਹੈ। ਪਿਛਲੇ ਤਕਰੀਬਨ ਮਹੀਨਾ ਕੁ ਪਹਿਲਾਂ ਜੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ, ਉਦੋਂ ਤੋਂ ਲੈ ਕੇ ਹੁਣ ਵਾਲਾ ਜਿਹੜਾ ਮਾਰਜਨ ਹੈ ਉਹ ਇਸ ਗੱਲ ਦਾ ਪ੍ਰਤੱਖ ਜਿਹੜਾ ਪ੍ਰਮਾਣ ਹੈ ਕਿ ਲੋਕਾਂ ਨੂੰ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਜਿਹੜੇ ਕੰਮ ਨੇ ਉਹਨਾਂ ਦੇ ਉੱਤੇ ਪੂਰੇ ਤਰੀਕੇ ਦੀ ਤਸੱਲੀ ਹੈ। ਔਰ ਆਮ ਆਦਮੀ ਪਾਰਟੀ ਦੇ ਵਾਸਤੇ ਦੂਰੀ ਖੁਸ਼ੀ ਹੈ। ਮਾਣਯੋਗ ਸੁਪਰੀਮ ਕੋਰਟ ਨੇ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਦਿੱਤੀ ਹੈ ਅਤੇ ਉਸ ਤੋਂ ਬਾਅਦ ਇਹ ਜਿਹੜੀ ਜਿੱਤ ਹੈ ਜਲੰਧਰ ਵੈਸਟ ਦੀ ਉਹ ਸਾਡੇ ਵਾਸਤੇ ਦੂਰੀ ਖੁਸ਼ੀ ਲੈ ਕੇ ਆਈ ਹੈ। ਔਰ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਜਿਹੜਾ ਦੂਸਰਾ ਕੇਸ ਅਜੇ ਰਹਿ ਗਿਆ ਉਹਦੇ ਵਿੱਚ ਹੇਠਲੀ ਅਦਾਲਤ ਤੋਂ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਜੂਗੀ ਅਤੇ ਅਗਲੇ ਕੁਝ ਦਿਨਾਂ ਤੋਂ ਬਾਅਦ ਉਹ ਵੀ ਬਾਹਰ ਆ ਜਾਣਗੇ। ਸ਼ੀਤਲ ਅੰਗੁਰਾਲ ਹੋਰਾਂ ਦਾ ਭਵਿੱਖ ਹੁਣ ਕੋਈ ਰਿਹਾ ਹੀ ਨਹੀਂ ਜੀ। ਉਹਨਾਂ ਨੇ ਆਪਣੇ ਇੱਕ ਤਾਂ ਹੁੰਦਾ ਨਾ ਪੈਰ ਦੇ ਉੱਤੇ ਕੁਹਾੜਾ ਮਾਰਨਾ, ਉਹਨਾਂ ਨੇ ਕੁਹਾੜੇ ਦੇ ਉੱਤੇ ਪੈਰ ਮਾਰਿਆ। ਜਦੋਂ ਲੋਕਾਂ ਨੇ ਚੁਣ ਲਿਆ ਸੀਗਾ, 5 ਸਾਲ ਦੇ ਵਾਸਤੇ ਚੁਣ ਲਿਆ ਸੀਗਾ, ਅਤੇ ਫਿਰ ਉਹ ਛੱਡ ਕੇ ਪਤਾ ਨਹੀਂ ਸੁਪਰਮੈਨ ਬਣਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਕਿ ਮੈਂ ਪਤਾ ਨਹੀਂ ਜਿਹੜੀ ਪਾਰਟੀ ਦੇ ਵੱਲੋਂ ਖੜੋ ਜਾਊਂਗਾ। ਇਹ ਗੱਲ ਇੱਕ ਵਾਰੀ ਫਿਰ ਕਲੀਅਰ ਹੋ ਗਈ ਕਿ 22 ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਸੀ ਉਹ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹੋਰਾਂ ਦੇ ਮੂੰਹ ਨੂੰ ਪਈਆਂ ਸੀਗੀਆਂ। ਸ਼ਾਇਦ ਸ਼ੀਤਲ ਉਂਗਰਾਲ ਹੁਰੀ ਇਹ ਗੱਲ ਭੁੱਲ ਗਏ ਸੀ। ਇਹਨੇ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਵੀ ਇਹਨਾਂ ਨੂੰ MLA ਬਣਨ ਤੋਂ ਬਾਅਦ ਹੁਣ ਮੰਤਰੀ ਦੇ ਵੀ ਅਹੁਦੇ ਦਿੱਤੇ ਜਾਣਗੇ। ਇਹ ਮੁੱਖ ਮੰਤਰੀ ਸਾਹਿਬ ਦੇ ਹੱਥ ਦੇ ਵਿੱਚ ਹੈ ਜੀ, ਜਿਹੜਾ ਉਹਨਾਂ ਨੇ ਵਾਅਦਾ ਕੀਤਾ। ਔਰ ਮਾਨ ਸਾਹਿਬ ਨੇ ਤਾਂ ਜਿਹੜੇ ਵਾਅਦੇ ਨਹੀਂ ਵੀ ਸੀ ਕੀਤੇ 22 ਦੇ ਵਿੱਚ ਉਹ ਵੀ ਲੋਕਾਂ ਦੇ ਵਾਸਤੇ ਪੂਰੇ ਕੀਤੇ ਆ, ਅਤੇ ਇਹ ਉਹਨਾਂ ਨੇ ਵਾਅਦਾ ਕੀਤਾ ਅਤੇ ਮੈਨੂੰ ਉਮੀਦ ਹੈ ਜੀ ਕਿ ਉਹ ਆਪਣਾ ਵਾਅਦਾ ਜ਼ਰੂਰ ਪੂਰਾ ਕਰਨਗੇ ਜੀ। ਠੀਕ ਹੈ। ਅਕਾਲੀ ਦਲ ਦੀ ਸਿਚੁਏਸ਼ਨ ਇਸ ਵਾਰ ਬਹੁਤ ਮਾੜੀ ਰਹੀ ਹੈ ਜਲੰਧਰ ਤੋਂ, ਉਹਨੂੰ ਕਿਵੇਂ ਦੇਖਦੇ? ਅਕਾਲੀ ਦਲ ਤਾਂ ਕਿਤੇ ਹੈ ਹੀ ਨਹੀਂ। ਅਕਾਲੀ ਦਲ ਦੇ ਕੈਂਡੀਡੇਟ ਨੂੰ 550 ਵੋਟਾਂ ਪਈਆਂ ਨੇ ਅਤੇ ਜਿਹਦੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮਦਦ ਕਰ ਦਿੱਤੀ ਸੀਗੀ ਬਸਪਾ ਦੇ ਉਮੀਦਵਾਰ ਦੀ, ਉਹਨਾਂ ਨੂੰ ਪਈਆਂ ਨੇ 615। ਇਹਦਾ ਮਤਲਬ ਇਹ ਹੋਇਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਹਿਣ ਦੇ ਉੱਤੇ 75 ਵੋਟਾਂ ਪਈਆਂ, ਤੋ 65 ਵੋਟਾਂ, 75 ਵੀ ਨਹੀਂ ਪਈਆਂ, 65 ਪਈਆਂ। ਸੋ 65 ਵੋਟਾਂ ਜਿਹੜੀਆਂ ਨੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਨੇ। ਅਕਾਲੀ ਦਲ ਜਿਹੜਾ ਬਾਦਲ ਅਕਾਲੀ ਦਲ ਸੀਗਾ, ਮੈਂ ਸਮਝਦਾ ਕਿ ਉਹਦਾ ਪੰਜਾਬ ਦੇ ਵਿੱਚੋਂ ਲੋਕਾਂ ਨੇ ਬੋਰੀਆ ਬਿਸਤਰਾ ਗੋਲ ਤਾਂ 22 ਦੇ ਵਿੱਚ ਹੀ ਕਰ ਦਿੱਤਾ ਸੀਗਾ। ਰਹਿੰਦਾ ਖੁੰਦਾ ਜਿਹੜਾ ਵਹਿਮ ਸੀਗਾ ਉਹ ਵੀ ਉਹਨਾਂ ਨੇ ਕੱਢ ਦਿੱਤਾ, ਅਤੇ ਵਹਿਮ ਇੱਕ ਬਹੁਤ ਵੱਡਾ ਉਸ ਕਾਂਗਰਸ ਦਾ ਵੀ ਨਿਕਲ ਗਿਆ ਜਿਹਦੇ ਵਿੱਚ ਤਕਰੀਬਨ 30 ਦਰਜਨ ਦੇ ਕਰੀਬ ਜਿਹੜੇ ਉਹ CM ਇਨ ਵੇਟਿੰਗ ਫਿਰਦੇ ਨੇ, ਜਿਹੜੇ ਜੈਕਟਾਂ ਵੀ ਸਵਾਈ ਫਿਰਦੇ ਆ ਕਿ ਅਗਲਾ CM ਮੈਂ ਬਣਨਾ, ਅਗਲਾ CM ਮੈਂ ਬਣਨਾ। ਉਮੀਦ ਹੈ ਕਿ ਹੁਣ ਉਹ ਵੀ ਬੈਠ ਕੇ ਜਿਹੜਾ ਜੀ ਉਹ ਕਿਤੇ ਨਾ ਕਿਤੇ ਵਿਚਾਰ ਕਰਨਗੇ ਕਿ ਮਾਨ ਸਾਹਿਬ ਦੇ ਕੰਮਾਂ ਦੀ ਕਾਟ ਜਿਹੜੀ ਉਹ ਕਿਹੜੀ ਲੱਭੀ ਜਾਵੇ। ਜਲੰਧਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਜਲੰਧਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਪ੍ਰਾਹੁਣਚਾਰੀ, ਕਿਉਂਕਿ ਅਸੀਂ ਵੀ ਜਾ ਕੇ ਉੱਥੇ ਬੈਠੇ ਰਹੇ, ਜਿਸ ਕਿਸਮ ਦਾ ਉਹਨਾਂ ਨੇ ਪਿਆਰ ਦਿੱਤਾ ਅਤੇ ਜਿਹੜਾ ਵਿਸ਼ਵਾਸ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਪ੍ਰਗਟਾਇਆ, ਸਾਨੂੰ ਸਭ ਨੂੰ ਜਲੰਧਰ ਵੈਸਟ ਦੇ ਜਲੰਧਰ ਦੇ ਮਸਲੇ ਜਿਹੜੇ ਉਹ ਇੱਕ ਇੱਕ ਗਲੀ ਦੇ ਹੁਣ ਪਤਾ ਨੇ, ਅਤੇ ਇਹ ਅੱਗੋਂ ਡਿਊਟੀ ਜਿਹੜੀ ਆ ਨਾ ਉਹ ਸਾਡੀ ਸਟਾਰਟ ਹੁੰਦੀ ਹੈ ਕਿ ਉਹਨਾਂ ਮਸਲਿਆਂ ਨੂੰ ਹੱਲ ਅਸੀਂ ਕਰਾਈਏ, ਅਤੇ ਉਹਨਾਂ ਨੇ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਮਾਨ ਸਰਕਾਰ ਦੇ ਉੱਤੇ ਉਹਦੇ ਉੱਤੇ ਪੂਰੇ ਤਰੀਕੇ ਦੇ ਨਾਲ ਖਰਾ ਉਤਰਨਗੇ। ਔਰ ਜਦੋਂ ਅਸੀਂ 27 ਦੇ ਵਿੱਚ ਉਹਨਾਂ ਦੇ ਕੋਲ ਜਾਵਾਂਗੇ ਅਗਲੀ ਵਾਰੀ, ਤਾਂ ਉਹ ਉਦੋਂ ਘੱਟੋ ਘੱਟ ਇਹ ਕਹਿਣਗੇ ਕਿ ਜਿਹੜੇ ਵਾਅਦੇ ਸੀ ਸਾਡੇ ਨਾਲ ਕੀਤੇ ਸੀ ਉਹ ਪੂਰੇ ਕੀਤੇ। ਬਹੁਤ ਸ਼ੁਕਰੀਆ।